लो जी अस्सलाम वालेकुम जनाब। असी जनाब अज विजिट कर रहे जे अमीनपुर बंगला जिहड़ी कि 10 तरीक नूं जनाब इत्थे मंडी लगती है। तो यह बच्चा तुहानूं असी दिखाउण लगे हां। यह साढ़े दोस्त हैगे ने फैसलाबाद नाल, इन्हां दा तल्लक है और शौक वास्ते बच्चा लिया और इन्हां नाल भी गलबात करावांगे। पहले इन्हां दा तुहानूं असी बच्चा विखाउणे आ। इस बारे बच्चे के बारे भी तुम सू कमेंट करके दसना कि क्या इन्ने का बच्चा है और बच्चा लेना क्यों जरूरी है, ये भी सू इस वीडियो जरूर दसिया जे। तो इंशाल्लाह ताला तुहानू होर भी दिखावांगे मंडी के अगों इनकी शक्ल सूरत भी असं विखा दें, फेस वगैरह भी विखा दें, फेस वगैरह भी ते पैर अगों भी तुहानूं विखा दिंदे आ। सीना भी तुसीं चैक करो। तो लो जनाब हुण गलबात असीं तुहाडी कराने आ भाई होरां नाल जी। अस्सलाम वालेकुम वीर जी, की हाल जी? ठीक ठाक हो? अच्छा जनाब, तुहाडे दिन दे विच की ख्याल आया कि सानूं बच्चा ही लैना चाहिए? ਅਸੀਂ ਪਹਿਲੇ ਨਾ ਜੀ ਇੱਕ ਦਫਾ ਘੋੜਾ ਲਿਆ ਹੈ ਜੀ, ਅਤੇ ਉਹ ਪੈਰਾਂ ਤੋਂ ਖਰਾਬ ਸੀ। ਅੱਛਾ। ਉਹ ਬੜੀ ਪ੍ਰੋਬਲਮ ਹੋਈ, ਫਿਰ ਅਸੀਂ ਉਹ ਸੇਲ ਕਰ ਦਿੱਤਾ। ਠੀਕ ਹੈ। ਅਤੇ ਸੇਲ ਕਰਨ ਤੋਂ ਬਾਅਦ ਕਾਫੀ ਦਿਨਾਂ ਦਾ ਅਸੀਂ ਲੱਭ ਰਹੇ ਸੀ ਔਰ ਜ਼ੇਨ ਬਣਾਇਆ ਸੀ ਕਿ ਬੱਚਾ ਹੀ ਲੈਣਾ। ਬੱਚਾ ਹੀ ਲੈਣਾ, ਬੱਚਾ ਹੀ ਲੈਣਾ। ਠੀਕ ਹੋ ਗਿਆ। ਅਤੇ ਉਹ ਫਿਰ ਅਸੀਂ ਬੱਚਾ ਅੱਲਾਹ ਤਾਲਾ ਨੇ ਅੱਜ ਦੇ ਦਿੱਤਾ ਜੀ। ਅਤੇ ਇਹ ਜਨਾਬ ਕਿੰਨੇ ਦਾ ਲਿਆ ਜੇ ਇਸ ਟਾਈਮ? ਇਹ ਜੀ ਅਸੀਂ 72,000 ਰੁਪਏ ਦਾ ਲਿਆ ਜੀ। 72,000 ਰੁਪਏ ਦਾ। ਅਤੇ ਉਮਰ ਇਸ ਟਾਈਮ ਕਿੰਨੀ ਕੁ? 8 ਕੁ ਮਹੀਨੇ ਦੀ ਹੈਗੀ ਹੁੰਦੀ? ਹਾਂਜੀ 8 ਮਹੀਨੇ। ਹਾਂਜੀ 72,000 ਰੁਪਏ ਦਾ ਜਨਾਬ ਲਿਆ ਜੇ, ਤੁਸੀਂ ਕੀ ਸਮਝਦੇ ਜੇ ਦੂਸਰਿਆਂ ਨੂੰ ਕੀ ਮਸ਼ਵਰਾ ਦੇਣਾ ਚਾਹੁੰਦੇ ਜੇ ਕਿ ਘੋੜਾ ਲੈਣਾ ਚਾਹੀਦਾ ਜਾਂ ਬੱਚਾ ਲੈਣਾ ਚਾਹੀਦਾ? ਬੱਚਾ ਹੀ ਲੈਣਾ ਚਾਹੀਦਾ ਕਿਉਂਕਿ ਸਾਡੇ ਨਾਲ ਮਤਲਬ ਹੋ ਗਿਆ ਫਰੋਡ ਪਹਿਲੇ। ਇਹੀ ਮਸ਼ਵਰਾ ਦੇਵਾਂਗੇ ਨਵੇਂ ਸ਼ੌਕੀਨ ਹਜ਼ਰਾਤ ਕਿ ਉਹ ਬੱਚਾ ਹੀ ਲੈਣ ਸਟਾਰਟ। ਅਤੇ ਕਿਹੜੀ ਜਗ੍ਹਾ ਤੋਂ ਆਪਣਾ ਤਾਂ ਲੱਗੇਗਾ? ਸਾਡਾ ਜੀ ਫੈਸਲਾਬਾਦ ਸਿਟੀ। ਫੈਸਲਾਬਾਦ ਸ਼ਹਿਰ ਦੇ ਵਿੱਚ? ਕਿਤੇ ਅੱਗੇ ਵੀ ਪਹਿਲੇ ਸ਼ੌਕ ਰੱਖਿਆ ਜਾਂ ਨਵੇਂ ਪਿਆ ਸ਼ੌਕ? ਜੀ ਸ਼ੌਕ ਤਾਂ ਪੁਰਾਣਾ ਹੀ ਹੈ, ਲੇਕਿਨ ਇਹ ਪਿਛਲੇ 1-2 ਸਾਲ ਤੋਂ ਘੋੜੇ ਰੱਖ ਰਹੇ ਰੱਖ ਰਹੇ ਜੀ। ਅਤੇ ਹੁਣ ਇਨਸ਼ਾਅੱਲਾ ਆਪ ਇਹਦੀ ਜਿਹੜੀ ਕਰੋਗੇ ਟ੍ਰੇਨਿੰਗ ਵਗੈਰਾ ਹੋਏਗੀ? ਲਓ ਜਨਾਬ ਮਾਸ਼ਾਅੱਲਾ, ਬੜੀ ਮਿਹਰਬਾਨੀ ਸਰ। ਕੀ ਨਾਮ ਕੀ ਸਰ ਤੁਹਾਡਾ? ਹਮਜ਼ਾ ਰਹਿਮਾਨ। ਲਓ ਜਨਾਬ ਵੀਡੀਓ ਅੱਛੀ ਲੱਗੀ ਹੋਵੇ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕੀਜੀਏਗਾ। ਅਤੇ ਇਹ ਮਾਸ਼ਾਅੱਲਾ ਸਾਡੇ ਦੋਸਤ ਹੈਗੇ ਨੇ, ਸਬਸਕ੍ਰਾਈਬਰ ਵੀ ਨੇ, ਅਤੇ ਉਹ ਉਹਨਾਂ ਦਾ ਇਹ ਖਿਆਲ ਹੈ ਅਤੇ ਮੇਰਾ ਵੀ ਵੈਸੇ ਇਹ ਖਿਆਲ ਹੈਗਾ ਕਿ ਤੁਸੀਂ ਬੱਚਾ ਹੀ ਲਓ ਤਾਂ ਕਿ ਵਪਾਰੀਆਂ ਕੋਲੋਂ ਅਤੇ ਜਿਹੜੇ ਗਲਤ ਗਾਈਡ ਕੀਤੇ ਹੋਏ ਘੋੜੇ ਉਹਨਾਂ ਤੋਂ ਤੁਸੀਂ ਬਚ ਸਕੋ। ਲਓ ਜੀ ਬੜੀ ਮਿਹਰਬਾਨੀ ਜਨਾਬ, ਬਹੁਤ ਸ਼ੁਕਰੀਆ, ਅੱਲਾਹ ਹਾਫਿਜ਼।